क्या हम अपने शहीद को मुआवजा और इसके लिए क्या हम अपने शहीद की शहादत को बेच देंगे? सरकार ऐसे ही करती रहेगी कि मार दो और उसके बाद पैसे दे दो। क्या उस लड़के का कत्ल हुआ है, स्टेट ने कत्ल किया है, क्या उस वो इतनी ताकतवर होगी कि उसके खिलाफ कोई FIR नहीं लॉज हो सकती? ਉਹਨੂੰ 1 ਕਰੋੜ ਰੁਪਈਆ ਦੇਣਾ, ਉਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ, ਇਹ ਗੱਲਾਂ ਵੱਖਰੀਆਂ ਨੇ। ਲੇਕਿਨ ਉਸ ਬੀਬੀ ਨੂੰ ਨੌਕਰੀ ਦੇ ਦੇਣਾ ਵੀ ਵੱਖਰੀ ਗੱਲ ਹੈ। ਪਰ ਇਹ ਸਵਾਲ ਵੱਡਾ ਇਹ ਹੈ ਕਿ ਕੀ ਉਹਨਾਂ ਬੰਦਿਆਂ ਨੂੰ ਬਖਸ਼ਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਹਦਾ ਕਤਲ ਕੀਤਾ, ਜਿਨ੍ਹਾਂ ਨੇ ਉਹਨੂੰ ਮਾਰਿਆ? ਉਹ ਕੋਈ ਬਾਹਰਲੇ ਮੁਲਕ ਚੋਂ ਆ ਕੇ ਬੰਬ ਨਹੀਂ ਸੁੱਟ ਕੇ ਗਏ, ਉਹ ਇੱਥੋਂ ਦੇ ਹੀ ਨੇ, ਸਾਡੇ ਭਾਰਤ ਦੇ ਹੀ ਨੇ ਜਿਨ੍ਹਾਂ ਨੇ ਕੁਛ ਕੀਤਾ। ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਆ, ਉਹ ਕਿੱਥੇ ਤੱਕ ਗੱਲਬਾਤ ਪਹੁੰਚੀ? ਤਾਂ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਹੁੰਚ ਚੁੱਕੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਾਂ ਪਿਣੰਤ ਤੋਂ ਬਾਅਦ ਜਿਹੜੀ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਤਾਂ ਉਸ ਤੋਂ ਬਾਅਦ ਟਰੈਕਟਰ ਨੇ ਜਿਹੜੇ ਟਰੈਕਟਰ ਕਿਤੇ ਨਾ ਕਿਤੇ ਤੋੜੇ ਗਏ, ਵਾਹਨ ਨੇ ਜਿਹੜੇ ਉਹ ਤੋੜੇ ਗਏ। ਤਾਂ ਉਸ ਤੋਂ ਬਾਅਦ ਖਨੌਰੀ ਬਾਰਡਰ ਅੱਜ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਪਹੁੰਚੇ ਨੇ। ਸ਼ੁਭ ਕਰਨ ਦੀ ਮੌਤ ਹੈ ਜਿਹੜੀ, ਉਸ 'ਤੇ ਵੀ ਗੱਲਬਾਤ ਜਿਹੜੀ ਕੀਤੀ ਜਾਊਗੀ ਅੱਜ ਪੂਰੇ ਤਰੀਕੇ ਦੇ ਨਾਲ। ਤਾਂ ਦੇਖ ਸਕਦੇ ਹੋ ਤੁਸੀਂ ਖਨੌਰੀ ਬਾਰਡਰ ਤੋਂ ਦੇਖ ਸਕਦੇ ਹੋ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਇੱਥੇ ਪਹੁੰਚ ਚੁੱਕੇ ਨੇ। ਤਾਂ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ। ਮੈਂ ਅਭੀ ਜੋ ਆਪਕੇ ਸਵਾਲ ਕਾ ਜਵਾਬ ਦੀਆ, ਵਹੀ ਸਵਾਲ ਦੁਬਾਰਾ ਰਿਪੀਟ ਕਰਨੇ ਕਾ ਕਿਆ ਫਾਇਦਾ? ਆਜ ਆਪ ਲੋਗ ਕਾਲਾ ਰਿਬਨ ਬਾਂਧ ਕਰਕੇ ਬੈਠੇ ਆਏ ਹੈ, ਕਿਆ ਹੈ, ਬਲੈਕ ਡੇ ਮਨਾ ਰਹੇ ਹੈ? ਆਪ ਦੇਖੀਏ, ਪੂਰਾ ਦੇਸ਼ ਅੱਜ, ਕੇਵਲ ਮੈਂ ਨਹੀਂ, ਹਮਾਰਾ ਇੱਕ 22 ਸਾਲ ਕਾ ਯੁਵਾ ਇਸ ਦੁਨੀਆ ਸੇ ਗਿਆ ਹੈ, ਤੋ ਮੈਂ ਅਕੇਲਾ ਨਹੀਂ। ਆਜ ਪੂਰਾ ਦੇਸ਼ ਗਮਗੀਨ ਮਾਹੌਲ ਮੇ ਹੈ। ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਮੁਆਵਜ਼ਾ ਔਰ ਪਰਿਵਾਰ ਕੇ ਸਦਸਯ ਕੋ ਸਰਕਾਰੀ ਨੌਕਰੀ ਵੀ ਦੀ ਹੈ ਔਰ ਹਰਿਆਣਾ ਕੇ ਅਧਿਕਾਰੀਓਂ ਪਰ FIR ਕਰਨੇ ਕਾ ਆਸ਼ਵਾਸਨ ਵੀ ਦਿਆ ਹੈ, ਤੋ ਖੁਸ਼ ਨਹੀਂ ਹੈ ਇਸਸੇ? ਜਬ FIR ਕਰ ਦੇਂਗੇ ਸਭ ਕੰਮ ਠੀਕ ਹੋ ਜਾਏਗਾ, ਜਬ ਤੱਕ FIR ਨਹੀਂ ਕਰੇਂਗੇ ਤਬ ਤੱਕ ਕੁਛ ਨਹੀਂ ਹੋਗਾ। ਮੁਆਵਜ਼ਾ ਔਰ ਸਰਕਾਰੀ ਨੌਕਰੀ ਤੋਂ ਦੀ ਹੈ? ਕਿਆ 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 ਹਮ ਆਪਣੇ ਸ਼ਹੀਦ ਕੋ ਮੁਆਵਜ਼ਾ ਔਰ ਇਸਕੇ ਲੀਏ ਕਿਆ ਕਿਆ ਹਮ ਆਪਣੇ ਸ਼ਹੀਦ ਕੀ ਸ਼ਹਾਦਤ ਕੋ ਵੇਚ ਦੇਂਗੇ? ਸਰਕਾਰ ਐਸੇ ਹੀ ਕਰਤੀ ਰਹੇਗੀ ਕਿ ਮਾਰ ਦੋ ਔਰ ਉਸਕੇ ਬਾਅਦ ਪੈਸੇ ਦੇ ਦੋ? ਕਿਆ ਉਸ ਲੜਕੇ ਕਾ ਕਤਲ ਹੋਇਆ ਹੈ, ਸਟੇਟ ਨੇ ਕਤਲ ਕੀਆ ਹੈ, ਕਿਆ ਉਸ ਵੋ ਇਤਨੀ ਤਾਕਤਵਰ ਹੋਗੀ ਕਿ ਉਸਕੇ ਖਿਲਾਫ ਕੋਈ FIR ਨਹੀਂ ਲੌਜ ਹੋ ਸਕਤੀ? ਕੇਂਦਰ ਸਰਕਾਰ ਸੇ ਦੇਖੀਏ, ਹਮਾਰੀ ਮਾਂਗ ਵਹੀ ਮੁੱਖ ਕੇਂਦਰ ਸਰਕਾਰ ਕੇ ਖਿਲਾਫ ਜੋ ਹਮਾਰੀ ਲੜਾਈ ਹੈ ਵੋ ਜਿੰਦਾ ਹੈ, ਵੋ ਛੋੜ ਥੋੜੀ ਦੀ ਗਈ ਹੈ। ਇਹ ਤੋਂ ਹਮਾਰੀ ਸਟੇਟ ਗਵਰਨਮੈਂਟ ਕੇ ਸਾਥ ਜੋ ਅਲੱਗ ਸੀ ਬਾਤ ਹੈ, ਵੋ ਅਲੱਗ ਹੈ ਕਿ ਉਨਕੇ ਖਿਲਾਫ ਕਾਰਵਾਈ ਕਰੇ, ਵੋ ਸਟੇਟ ਗਵਰਨਮੈਂਟ ਕੀ ਜ਼ਿੰਮੇਵਾਰੀ ਬਣਤੀ ਹੈ। ਔਰ ਜੋ ਪੰਜਾਬ ਆਪਣਾ ਕੇਂਦਰ ਕੀ ਹੈ, ਵੋ ਉਨਕੇ ਪਾਸ ਜੋ ਹਮਾਰਾ ਡਿਮਾਂਡ ਚਾਰਟ ਗਿਆ ਹੁਆ ਹੈ, ਉਸਕੇ ਹਿਸਾਬ ਸੇ ਉਨ ਡਿਮਾਂਡੋ ਕੋ ਲਾਗੂ ਕਰੇ ਸਰਕਾਰ। ਠੀਕ ਹੈ, ਸ਼ੁਕਰੀਆ ਡੱਲੇਵਾਲ ਸਾਹਿਬ। ਸਿਹਤ ਕਮਿਆਨ ਠੀਕ ਹੈ ਤੁਹਾਡੀ? ਤਾਂ ਸ਼ੁਭ ਕਰਨ ਦੇ ਲਈ ਜਿਹੜਾ ਕੀਤਾ ਗਿਆ, ਤਾਂ ਅੱਜ ਕਿਸ ਤਰੀਕੇ ਦਾ ਜਿਹੜਾ ਫੈਸਲਾ ਹੋਇਆ? ਦੇਖੀਏ, ਸ਼ੁਭ ਕਰਨ ਹਮਾਰਾ ਸਭ ਕਾ ਸ਼ਹੀਦ ਹੈ, ਕਿਸਾਨ ਜਮਾਤ ਕਾ ਸ਼ਹੀਦ ਹੈ। ਆਜ ਉਸਨੇ ਆਪਣੀ ਮਾਂ ਕੀ ਕੋਖ ਨੂੰ
ਚਾਰ ਚੰਨ ਲਗਾਏ ਹੈ। ਅੱਜ ਪੂਰਾ ਦੇਸ਼ ਉਹਦੇ ਗਮ ਦੇ ਵਿੱਚ ਕਾਲੇ ਝੰਡੇ ਕਾਲੀਆਂ ਪੱਟੀਆਂ ਬੰਨ ਕੇ ਅਫਸੋਸ ਪ੍ਰਗਟ ਕਰ ਰਿਹਾ ਹੈ। ਔਰ ਅੱਗੇ ਅੱਜ ਤੁਸੀਂ ਦੇਖਿਆ ਹੋਏਗਾ ਯੂਕੇ ਦੀ ਪਾਰਲੀਮੈਂਟ ਦੇ ਅੰਦਰ ਇਸ ਨੌਜਵਾਨ ਦਾ ਮੁੱਦਾ ਉੱਠਿਆ। ਤੋ ਇਹ ਬਹੁਤ ਦੇਸ਼ ਨੇ ਨਹੀਂ ਪੂਰੇ ਵਰਲਡ ਨੇ ਇਹਦੀ ਸ਼ਹਾਦਤ ਨੂੰ ਨਮਨ ਕੀਤਾ। ਐਮਪੀ ਟੇਸੀ ਨੇ ਉਹਨਾਂ ਦਾ ਮੁੱਦਾ ਚੁੱਕਿਆ। ਉੱਥੇ ਤਾਂ ਇੱਥੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਆ ਉਹ ਕਿੱਥੇ ਤੱਕ ਗੱਲਬਾਤ ਪਹੁੰਚੀ? ਪਲੇਟਫਾਰਮ ਪਰ ਉਹਦੀ ਗੱਲ ਜਾ ਰਹੀ ਹੈ ਸਾਡੇ ਨੌਜਵਾਨ ਦੀ। ਸਰਕਾਰ ਨੂੰ ਝੁਕਣਾ ਪਏਗਾ। ਜਿਹੜੀ ਤੁਸੀਂ ਅੱਜ ਪ੍ਰਸ਼ਾਸਨ ਦੀ ਗੱਲ ਕਰਦੇ ਹੋ, ਦੇਖੋ ਉਹਨੂੰ 1 ਕਰੋੜ ਰੁਪਇਆ ਦੇਣਾ, ਉਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ, ਇਹ ਗੱਲਾਂ ਵੱਖਰੀਆਂ ਨੇ। ਲੇਕਿਨ ਉਸ ਬੀਬੀ ਨੂੰ ਨੌਕਰੀ ਦੇ ਦੇਣਾ ਵੀ ਵੱਖਰੀ ਗੱਲ ਹੈ। ਪਰ ਇਹ ਸਵਾਲ ਵੱਡਾ ਇਹ ਹੈ ਕਿ ਕੀ ਉਹਨਾਂ ਬੰਦਿਆਂ ਨੂੰ ਬਖਸ਼ਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਹਦਾ 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 ਕਤਲ ਕੀਤਾ ਹੈ, ਜਿਨ੍ਹਾਂ ਨੇ ਉਹਨੂੰ ਮਾਰਿਆ। ਉਹ ਕੋਈ ਬਾਹਰਲੇ ਮੁਲਕ ਚੋਂ ਆ ਕੇ ਬੰਬ ਨਹੀਂ ਸੁੱਟ ਕੇ ਗਏ, ਉਹ ਇੱਥੋਂ ਦੇ ਹੀ ਨੇ, ਸਾਡੇ ਭਾਰਤ ਦੇ ਹੀ ਨੇ ਜਿਨ੍ਹਾਂ ਨੇ ਕੁਛ ਕੀਤਾ ਹੈ। ਜੀ ਰੋਕਲਾ ਦੇਖ ਸਕਦੇ ਹੋ ਤੁਸੀਂ, ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਪਹੁੰਚੇ ਨੇ ਕਿ ਉਹਨੇ ਕੋਈ ਬੰਬ ਨਹੀਂ ਸੀ ਸੁੱਟਿਆ। ਸ਼ੁਭ ਕਰਨ ਦੇ ਲਈ ਜਿਸ ਤਰੀਕੇ ਦਾ ਕੰਮ ਕੀਤਾ ਜਾ ਰਿਹਾ ਤਾਂ ਮੀਟਿੰਗ ਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ ਤਾਂ ਉਹ ਵੀ ਜਗਜੀਤ ਸਿੰਘ ਡੱਲੇਵਾਲ ਨੇ ਬਖੂਬੀ ਦੱਸੀਆਂ ਨੇ। ਤਾਂ ਬਾਕੀ ਪੂਰੀ ਗੱਲਬਾਤ ਹੈ ਜਿਹੜੀ ਅੱਗੇ ਜਾ ਕੇ ਪੁੱਛਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸ਼ੁਭ ਕਰਨ ਦਾ ਜਿਹੜਾ ਫੈਸਲਾ ਉਹ ਹੋਣ ਵਾਲਾ ਹੈ। ਜਗਜੀਤ ਸਿੰਘ ਡੱਲੇਵਾਲੇ ਤੇ ਪਹੁੰਚ ਚੁੱਕੇ ਨੇ ਖਨੌਰੀ ਬਾਰਡਰ ਤੇ, ਤਾਂ ਦੇਖ ਸਕਦੇ ਹੋ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਜਿਹੜੇ ਇਕੱਠੇ ਹੋ ਚੁੱਕੇ ਨੇ।